ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਯੂਟਿਊਬ ਚੈਨਲ ਰਮਨ ਪੰਜਾਬੀ ਦੇ ਸਿੰਗਰ ਵਲੌਗ ਦੇ ਵਿੱਚ। ਅੱਜ ਜਿਹੜਾ ਟਾਈਮ ਹੈਗਾ 4 ਵਜੇ ਦਾ, ਬੱਚੇ ਜਿਹੜੇ ਕੁਛ ਖਾਣ ਨੂੰ ਆਉਂਦੇ ਆ, ਅਤੇ ਅੱਜ ਆਪਾਂ ਬਣਾਵਾਂਗੇ ਮਕਰੋਨੀ। ਮਕਰੋਨੀ ਪਾਸਤਾ ਜਿਹੜਾ ਹੁੰਦਾ ਉਹ, ਅਤੇ ਜੇ ਤੁਸੀਂ ਸਾਡੇ ਚੈਨਲ 'ਤੇ ਨਵੇਂ ਆਏ ਹੋ ਪਲੀਜ਼ ਸਾਡੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ, ਅਤੇ ਨਾਲ ਜਿਹੜਾ ਬੈਲ ਦਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਦਿਓ। ਇਹਦੀ ਜਿਹੜੀ ਆ ਰੈਸਪੀ ਆ ਪਾਦੇ ਤੁਹਾਡੇ ਨਾਲ ਵੀ ਸ਼ੇਅਰ ਕੀਤੀ, ਆਪਾਂ ਤੁਹਾਡੇ ਨਾਲ ਵੀ ਰੈਸਪੀ ਵੀ ਸ਼ੇਅਰ ਕਰਦੇ ਹਾਂ, ਅਤੇ ਆਪਾਂ ਬਣਾਉਂਦੇ ਹਾਂ ਮਕਰੋਨੀ। ਨਾਲੇ ਬੱਚੇ ਖੁਸ਼, ਨਾਲੇ ਆਪਣੀ ਜਿਹੜੀ ਆ ਵੀਡੀਓ ਬਣ ਜੂਗੀ, ਨਾਲੇ ਜਿਹੜੇ ਕਾਫੀ ਟਾਈਮ ਦੀ ਇਹਦੀ ਮਕਰੋਨੀ ਪਾਸਤੇ ਦੀ ਡਿਮਾਂਡ ਆ ਰਹੀ ਸੀਗੀ, ਪਤਾ ਨਹੀਂ ਵੀਡੀਓ ਦੇ ਜਾਂਦੇ। ਅਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਹਨੂੰ ਲਾਈਕ ਜ਼ਰੂਰ ਕਰ ਦਿਆ ਕਰੋ, ਅਤੇ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ, ਤਾਂ ਕਿ ਜਿਹੜਾ ਆਪਾਂ ਨੂੰ ਹੌਸਲਾ ਮਿਲ ਜਾਂਦਾ ਅੱਗੇ ਵੀਡੀਓ ਬਣਾਉਣ ਨੂੰ ਦਿਲ ਵੀ ਕਰਦਾ, ਅਤੇ ਉਹ ਆਪਾਂ ਬਣਾਉਂਦੇ ਹਾਂ। ਇਹ ਆਪਾਂ ਇਹ ਜਿਹੜੀ ਆਪਾਂ ਮਕਰੋਨੀ ਲਈ ਆ ਇਹ ਆਪਾਂ ਉਬਾਲ ਲੈਂਦੇ ਹਾਂ, ਪਹਿਲਾਂ ਇਹਨੂੰ ਉਬਾਲਦੇ ਹਾਂ। ਆਪਾਂ ਗੈਸ ਉਬਾਲ ਕੇ ਕੜਾਹੀ ਰੱਖ ਲਈ ਆ, ਅਤੇ 1 ਲੀਟਰ ਜਿਹੜਾ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ। ਪਾਣੀ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਣਾ, ਉਬਾਲਾ 1 ਉਬਾਲਾ ਦੇ ਦੇਣਾ ਇਹਨੂੰ ਪਾਣੀ ਨੂੰ। ਇੱਧਰ ਅੱਧੀ ਜਿਹੜੀ ਮਕਰੋਨੀ ਆਪਾਂ ਲੈ ਲਿਆ, 1 ਬਾਊਲ ਲੈ ਲਿਆ, ਅੱਧਾ ਪੈਕਿਟ। ਇੱਧਰ ਜਿਹੜਾ ਪਾਣੀ ਆਪਣਾ ਉਬਲਣਾ ਸ਼ੁਰੂ ਹੋ ਗਿਆ, ਇਹਦੇ 'ਚ ਆਪਾਂ 1 ਚਮਚ ਨਮਕ ਦਾ ਪਾਵਾਂਗੇ। ਇਹ ਮੈਂ 2 ਪਾਏ ਆ ਕਿਉਂਕਿ ਇਹ ਚਮਚ ਜਿਹੜਾ ਨਿੱਕਾ ਹੈ, ਛੋਟਾ ਹੈ, ਜੇ ਆਪਾਂ ਵੱਡਾ ਚਮਚ ਲਈਏ ਉਹ 1 ਹੀ ਬਣਦਾ। ਅਤੇ ਆਪਾਂ 1.5 ਚਮਚ ਜਿਹੜਾ ਰਿਫਾਇੰਡ ਦਾ ਪਾਵਾਂਗੇ ਇਹਦੇ ਵਿੱਚ, ਇਹਦੇ ਨਾਲ ਜਿਹੜੀ ਆਪਣੀ ਮਕਰੋਨੀ ਆ ਫਿਰ ਚਿਪਕਦੀ ਨਹੀਂ ਗੀ। ਅਤੇ ਆਪਾਂ ਮਕਰੋਨੀ ਪਾ ਦਿੰਦੇ ਹਾਂ, ਮਕਰੋਨੀ ਆਪਾਂ ਪਾਤੀ ਆ, ਆਪਾਂ ਇਹਨੂੰ ਢੱਕ ਕੇ ਅਤੇ ਪੱਕਣ ਦਿੰਦੇ ਹਾਂ। ਥੋੜ੍ਹੀ ਜਿਹੀ ਬੈਲ ਲਾ ਕੇ ਢੱਕ ਦਿੰਦੇ ਹਾਂ ਅਤੇ ਇਹਨੂੰ ਪੱਕ ਲੈਣ ਦਿੰਦੇ ਹਾਂ, ਅਤੇ ਉਨਾ ਟਾਈਮ ਆਪਾਂ ਜਿਹੜੇ ਇਹਦੇ ਵਿੱਚ ਸਬਜ਼ੀਆਂ ਪਿਆਜ਼ ਟਮਾਟਰ ਪਾਉਣਾ। ਉਹ ਆਪਣੀ ਜਿਹੜੀ ਮਕਰੋਨੀ ਆ ਉਬਲਦੀ ਆ ਉਨਾ ਟਾਈਮ ਆਪਾਂ ਜਿਹੜੇ ਪਿਆਜ਼ ਹੈ ਟਮਾਟਰ ਅਤੇ ਹਰੀ ਮਿਰਚ ਆ ਆਪਾਂ ਇਹਨਾਂ ਨੂੰ ਕੱਟ ਲੈਂਦੇ ਹਾਂ। ਆਪਾਂ 3 ਹਰੀਆਂ ਮਿਰਚਾਂ ਲਈਆਂ, 5 ਟਮਾਟਰ ਆ ਛੋਟੇ ਸਾਈਜ਼ ਦੇ ਟਮਾਟਰ ਆ ਤਾਂ ਕਰਕੇ ਆਪਾਂ 5 ਲਏ ਆ, ਅਤੇ ਥੋੜ੍ਹੇ ਜਿਹੇ ਪਿਆਜ਼ ਆ। ਬਾਕੀ ਜਿਹੜੀਆਂ ਸਬਜ਼ੀਆਂ ਤੁਸੀਂ ਆਪਦੇ ਹਿਸਾਬ ਨਾਲ ਪਾ ਸਕਦੇ ਹਾਂ ਇਹਦੇ ਵਿੱਚ, ਜੇ ਤੁਸੀਂ ਸੋਇਆਬੀਨ ਦੀਆਂ ਫਲੀਆਂ ਹੈਗੀਆਂ ਜਾਂ ਮਟਰ ਹੈਗੇ ਤੁਸੀਂ ਉਹ ਵੀ ਪਾ ਸਕਦੇ ਹਾਂ, ਪਰ ਮੇਰੇ ਕੋਲ ਆਹ ਕੁਛ ਹੀ ਸੀਗਾ, ਮੈਂ ਇੰਨੇ ਕੁਛ ਹੀ ਪਾ ਕੇ ਬਣਾਉਂਗੀ। ਨਾਲੇ ਬੱਚੇ ਜ਼ਿਆਦਾ ਜਿਹੜੀਆਂ ਸਬਜ਼ੀਆਂ ਪਸੰਦ ਨਹੀਂ ਕਰਦੇਗੇ, ਅਤੇ ਆਪਾਂ ਹਰੀ ਮਿਰਚ ਅਤੇ ਟਮਾਟਰ ਨੂੰ ਬਰੀਕ ਬਰੀਕ ਕੱਟ ਲਿਆ। ਹੁਣ ਆਪਾਂ ਮਕਰੋਨੀ ਦੇਖਦੇ ਹਾਂ ਜਿਹੜੀ ਉਬਲਣੀ ਰੱਖੀ ਹੋਈ, ਜਿਹੜੀ ਮਕਰੋਨੀ ਆਪਣੀ ਉਬਲ ਗਈ ਲੱਗਦੀ ਹੈ, ਚੈੱਕ ਕਰ ਲੈਂਦੇ ਹਾਂ ਆਪਾਂ। ਇਹਨੂੰ ਚੈੱਕ ਕਰ ਲੈਂਦੇ ਹਾਂ, ਜਿਹੜੀ ਮਕਰੋਨੀ ਆਪਣੀ ਚੰਗੀ ਤਰ੍ਹਾਂ ਪੱਕ ਗਈ ਆ ਤਾਂ ਆਪਾਂ ਗੈਸ ਬੰਦ ਕਰਕੇ ਇਹਨੂੰ, ਇੱਧਰ ਜਿਹੜੀ ਮਕਰੋਨੀ ਆ ਆਪਾਂ ਇਹਨੂੰ ਛਾਣ ਲਿਆ, ਅਤੇ ਇਹਨੂੰ ਆਪਾਂ ਠੰਡੇ ਪਾਣੀ ਨਾਲ ਚੰਗੀ ਤਰ੍ਹਾਂ ਧੋ ਦਿਆਂਗੇ ਤਾਂ ਕਿ ਜਿਹੜੀ ਇਹਦੀ ਕੁਕਿੰਗ ਬੰਦ ਹੋ ਜਾਵੇ, ਅਤੇ ਨਾਲੇ ਜਿਹੜੀ ਆਪਾਂ ਜਦੋਂ ਠੰਡੇ ਪਾਣੀ ਨਾਲ ਧੋਂਦੇ ਹਾਂ ਤਾਂ ਇਹ ਇੱਕ ਦੂਜੇ ਦੇ ਨਾਲ ਜਿਹੜੀ ਚਿਪਕਦੀ ਨਹੀਂ ਗੀ।
ਇਧਰ ਆਪਾਂ ਕੜਾਈ ਗਰਮ ਹੋਣ ਵਾਸਤੇ ਰੱਖਤੀ ਇਹ ਚ ਆਪਾਂ 3-4 ਚਮਚ ਜਿਹੜੇ ਤੇਲ ਦੇ ਪਾਵਾਂਗੇ ਜੇ ਹਲਕਾ ਜਿਹਾ ਗਰਮ ਹੋ ਗਿਆ ਫਿਰ ਆਪਾਂ ਇਹਦੇ 'ਚ ਪਾਵਾਂਗੇ ਜੀਰਾ ਇਹਨੂੰ ਆਪਾਂ ਗਰਮ ਹੋ ਲੈਣ ਦਿੰਦੇ ਹਾਂ ਥੋੜ੍ਹਾ ਜਿਹਾ ਜਿਹੜਾ ਤੇਲ ਆਪਣਾ ਗਰਮ ਹੋ ਗਿਆ ਇੱਕ ਚਮਚ ਆਪਾਂ ਤੇਲ ਇਹਦੇ ਵਿੱਚ ਜੀਰੇ ਦਾ ਪਾ ਦਿੰਦੇ ਹਾਂ ਇਹਨੂੰ ਹਲਕਾ ਜਿਹਾ ਭੁੰਨ ਲੈਣਾ ਜੀਰਾ ਜਿਹੜਾ ਹਲਕਾ ਜਿਹਾ ਭੁੱਜ ਗਿਆ ਆਪਾਂ ਇਹਦੇ 'ਚ ਪਾ ਦਿਆਂਗੇ ਜਿਹੜੀਆਂ ਆਪਣੀਆਂ ਕੱਟੀਆਂ ਹੋਈਆਂ ਹਰੀਆਂ ਮਿਰਚਾਂ ਅਤੇ ਨਾਲ ਹੀ ਪਿਆਜ਼ ਪਾ ਦੇਣਾ ਅਤੇ ਇਹਨੂੰ ਹਲਕਾ ਜਿਹਾ ਆਪਾਂ ਭੁੰਨ ਲੈਣਾ ਇਹਨਾਂ ਨੂੰ ਆਪਾਂ ਜ਼ਿਆਦਾ ਜਿਹੜੀਆਂ ਸਬਜ਼ੀਆਂ ਆਪਾਂ ਜ਼ਿਆਦਾ ਵੀ ਨਹੀਂ ਇਹਨਾਂ ਨੂੰ ਕੁੱਕ ਕਰਨਾ ਥੋੜ੍ਹੀਆਂ ਜਿਹੀਆਂ ਜਿਹੜੀਆਂ ਆਪਾਂ ਕੱਚੀਆਂ ਹੀ ਰੱਖਾਂਗੇ ਇਹਦਾ ਟੇਸਟ ਜਿਹੜਾ ਵਧੀਆ ਆਉਂਦਾ ਫਿਰ ਮਕਰੋਨੀ ਦੇ ਵਿੱਚ ਇੱਧਰ ਜਿਹੜੇ ਪਿਆਜ਼ ਆਪਣੇ ਹਲਕੇ ਜਿਹੇ ਭੁੱਜ ਗਏ ਆ ਆਪਾਂ ਇਹਦੇ ਵਿੱਚ ਬਰੀਕ ਬਰੀਕ ਕੱਟਿਆ ਹੋਇਆ ਟਮਾਟਰ ਪਾ ਦਿੰਦੇ ਹਾਂ ਇਹਨੂੰ ਆਪਾਂ ਭੁੱਜ ਲੈਣ ਦਿੰਦੇ ਜਿੰਨਾ ਟਾਈਮ ਆਪਣੇ ਜਿਹੜੇ ਟਮਾਟਰ ਅਤੇ ਪਿਆਜ਼ ਭੁੱਜਦੇ ਆ ਉਨਾ ਟਾਈਮ ਜਿਹੜੀ ਆਪਾਂ ਰੈੱਡ ਚਿੱਲੀ ਸੌਸ ਬਣਾ ਲੈਂਦੇ ਹਾਂ ਇਹ ਆਪਾਂ ਇੱਕ ਚਮਚ ਜਿਹੜਾ ਟਮਾਟੋ ਕੈਚਪ ਲਈ ਆ ਇੱਕ ਚਮਚ ਆਪਾਂ ਇਹਦੇ 'ਚ ਲਵਾਂਗੇ ਰੈੱਡ ਚਿੱਲੀ ਪਾਊਡਰ ਜਾਂ ਦੇਗੀ ਮਿਰਚ ਆ ਜਿਹੜੀ ਅਤੇ ਇਹਨੂੰ ਆਪਾਂ ਥੋੜ੍ਹਾ ਜਿਹਾ ਪਾਣੀ ਪਾ ਕੇ ਇਹਦਾ ਇੱਕ ਘੋਲ ਜਿਹਾ ਬਣਾ ਲੈਂਦੇ ਇਹਦੇ 'ਚ ਆਪਾਂ 2 ਕੁ ਚਮਚੇ ਪਾ ਦਿੰਦੇ ਹਾਂ ਪਾਣੀ ਦੇ ਅਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਜੇ ਤੁਹਾਡੇ ਕੋਲ ਰੈੱਡ ਚਿੱਲੀ ਸੌਸ ਹੈਗੀ ਆ ਤਾਂ ਤੁਸੀਂ ਇਹਦੀ ਜਗ੍ਹਾ ਉਹ ਵੀ ਪਾ ਸਕਦੇ ਹੋ ਇਹ ਆਪਣੀ ਤਿਆਰ ਆਪਾਂ ਉੱਧਰ ਦੇਖਦੇ ਹਾਂ ਪਿਆਜ਼ ਟਮਾਟਰ ਜਿਹੜੇ ਕਾਫੀ ਹੱਦ ਤੱਕ ਭੁੱਜ ਗਿਆ ਇੱਕ ਮਿੰਟ ਦਾ ਸੇਕ ਹੋਰ ਲਵਾਵਾਂਗੇ ਆਪਾਂ ਜ਼ਿਆਦਾ ਨਹੀਂ ਭੁੰਨਣਾ ਇਹਨਾਂ ਨੂੰ ਇੱਕ ਮਿੰਟ ਆਪਾਂ ਨੂੰ ਭੁੱਜ ਲੈਣੇ ਇੱਧਰ ਜਿਹੜੇ ਟਮਾਟਰ ਪਿਆਜ਼ ਅਤੇ ਹਰੀ ਮਿਰਚ ਆਪਣੇ ਭੁੱਜ ਗਈ ਹੈ ਚੰਗੀ ਤਰ੍ਹਾਂ ਆਪਾਂ ਇਹ 'ਚ ਪਾਵਾਂਗੇ ਨਮਕ ਇੱਕ ਚਮਚ ਹਿਲਾ ਲੈਂਦੇ ਆਪਾਂ ਇਹ 'ਚ ਆਪਾਂ ਜਿਹੜੀ ਲਾਲ ਮਿਰਚ ਉਹ ਨਹੀਂ ਪਾਉਂਦੇ ਗੇ ਦੇਗੀ ਮਿਰਚ ਪਾਵਾਂਗੇ ਘੱਟ ਕੌੜੀ ਹੁੰਦੀ ਹੈ ਅਤੇ ਇਹ ਕਲਰ ਵੀ ਵਧੀਆ ਦਿੰਦੀ ਹੈ ਜਿਹੜੀ ਆਪਾਂ ਬਣਾਈ ਸੀਗੀ ਰੈੱਡ ਚਿੱਲੀ ਸੌਸ ਉਹ ਆਪਾਂ ਪਾ ਦਿੰਦੇ ਹਾਂ ਟਮੈਟੋ ਕੈਚਪ ਇਹਨਾਂ ਨੂੰ ਹਿਲਾ ਕੇ ਥੋੜ੍ਹਾ ਜਿਹਾ ਪਕਾ ਲੈਂਦੇ ਇਹ ਲਈ ਮੈਂ ਸੋਇਆ ਸੌਸ ਇਹਦੇ 2-3 ਚਮਚ ਆਪਾਂ ਪਾਵਾਂਗੇ ਇਹਦੇ ਨਾਲ ਜਿਹੜਾ ਇਹਦਾ ਟੇਸਟ ਆ ਬਹੁਤ ਵਧੀਆ ਆਉਂਦਾ ਇਹ ਤੁਸੀਂ ਜੇ ਪਾਉਣੀ ਚਾਹੁੰਦੇ ਹੋ ਤਾਂ ਤੁਸੀਂ ਪਾ ਸਕਦੇ ਹਾਂ ਨਹੀਂ ਇਹਨੂੰ ਸਕਿੱਪ ਵੀ ਕਰ ਸਕਦੇ ਹਾਂ ਇਹ ਮੈਂ ਜਿਹੜੇ 3 ਚਮਚ ਪਾਏ ਆ ਇਹਦੇ ਨਾਲ ਇਹਦਾ ਕਲਰ ਅਤੇ ਟੇਸਟ ਵਧੀਆ ਆਉਂਦਾ ਆਪਾਂ ਇਹਨੂੰ ਭੁੰਨ ਲੈਂਦੇ ਹਾਂ 2 ਕੁ ਮਿੰਟ ਦਾ ਸੇਕ ਲਵਾ ਲੈਂਦੇ ਹਾਂ ਇਹ 1 ਚਮਚ ਮੈਂ ਚਾਟ ਮਸਾਲਾ ਲਿਆ ਕਿਉਂਕਿ ਮੈਂ ਜ਼ਿਆਦਾਤਰ ਇਹੀ ਵਰਤਦੀ ਹਾਂ ਹੋਰ ਜ਼ਿਆਦਾ ਮਸਾਲਾ ਮੈਂ ਨਹੀਂ ਵਰਤਦਾ ਕੋਈ ਜ਼ਿਆਦਾ ਮਸਾਲੇ ਨਹੀਂ ਮੈਂ ਹੋਰ ਕੋਈ ਵਰਤਦੀ ਇਹਦੇ ਵਿੱਚ ਗਰਮ ਮਸਾਲਾ ਜਾਂ ਹੋਰ ਇਹ ਆਪਣੀ ਜਿਹੜੀ ਤਿਆਰ ਆ ਬਣ ਕੇ ਅਤੇ ਹੁਣ ਆਪਾਂ ਇਹਦੇ ਵਿੱਚ ਜਿਹੜੀ ਮਕਰੋਨੀ ਆਪਣੀ ਉਹ ਪਾ ਦਿੰਦੇ ਗੈਸ ਆਪਾਂ ਘੱਟ ਕਰ ਲੈਂਦੇ
ਆਪਾਂ ਇਹਦੇ ਵਿੱਚ ਮਕਰੋਨੀ ਪਾ ਦਿੰਦੇ ਹਾਂ। ਇਹਨੂੰ ਆਪਾਂ ਚੰਗੀ ਤਰ੍ਹਾਂ ਠੰਡੇ ਪਾਣੀ ਨਾਲ ਧੋ ਲਿਆ ਸੀਗਾ, ਫਿਰ ਇਹ ਚਿਪਕਦੀ ਨਹੀਂ ਗੀ ਇੱਕ ਦੂਸਰੇ ਦੇ ਨਾਲ। ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਹਾਂ। ਆਪਾਂ ਮਕਰੋਨੀ ਨੂੰ ਚੰਗੀ ਤਰ੍ਹਾਂ ਹਿਲਾ ਲਿਆ, ਇਹਨੂੰ ਆਪਾਂ ਥੋੜ੍ਹਾ ਜਿਹਾ ਹਲਕਾ ਜਿਹਾ ਜਿਹੜਾ ਸੇਕ ਲੱਗ ਲੈਂਦੇ ਨੇ। ਜੇ ਤੁਹਾਡੇ ਕੋਲ ਇਹਦੇ ਉੱਤੇ ਹਰਾ ਧਨੀਆ ਹੈਗਾ ਜਾਂ ਮਟਰ ਹੈਗਾ ਤੁਸੀਂ ਉਹ ਵੀ ਪਾ ਸਕਦੇ ਹਾਂ, ਉਹ ਵੀ ਵਧੀਆ ਲੱਗਦੇ। ਇਹਦੇ ਵਿੱਚ ਸੋਇਆਬੀਨ ਦੀਆਂ ਫਲੀਆਂ ਕੱਟ ਕੇ ਬਰੀਕ ਬਰੀਕ ਉਹ ਵੀ ਪਾ ਸਕਦੇ ਹਾਂ। ਮੈਂ ਤਾਂ ਟਮਾਟਰ ਅਤੇ ਪਿਆਜ਼ ਵੀ ਪਾਏ ਆ। ਇਹਨੂੰ ਆਪਾਂ ਥੋੜ੍ਹਾ ਜਿਹਾ ਸੇਕ ਲੱਗ ਲੈਂਦੇ, ਢੱਕ ਕੇ ਜਿਹੜਾ ਸੇਕ ਇਹਨੂੰ ਨਹੀਂ ਲਾਉਣਾ ਆਪਾਂ, ਇਹਨੇ ਖੁੱਲ੍ਹਾ ਛੱਡ ਕੇ ਦੋ ਕੁ ਮਿੰਟ ਦਾ ਹੀ ਸੇਕ ਲਵਾਵਾਂਗੇ, ਕਿਉਂਕਿ ਜਿਹੜੀ ਮਕਰੋਨੀ ਆਪਣੀ ਉਬਲਦੀ ਹੈ। ਮਕਰੋਨੀ ਜਿਹੜੀ ਆਪਣੀ ਬਣ ਕੇ ਤਿਆਰ ਹੈ, ਗੈਸ ਆਪਾਂ ਬੰਦ ਕਰ ਦਿੰਦੇ ਹਾਂ ਅਤੇ ਇਹਨੂੰ ਸਰਵ ਕਰ ਦਿੰਦੇ ਹਾਂ। ਗਰਮਾ ਗਰਮ ਮਕਰੋਨੀ ਬਣ ਕੇ ਤਿਆਰ ਹੈ, ਆ ਜਾਓ ਸਾਰੇ ਜਣੇ ਤੁਸੀਂ ਵੀ ਖਾ ਲਓ। ਚਲੋ ਜੀ ਫਿਰ ਮਿਲਦੇ ਹਾਂ ਫਿਰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ, ਕੋਈ ਨਵੀਂ ਰੈਸਪੀ ਜਾਂ ਵਲੌਗ ਲੈ ਕੇ। ਅਤੇ ਵੀਡੀਓ ਵਧੀਆ ਲੱਗੀ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ, ਅਤੇ ਜੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹਾਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ। ਅਤੇ ਚਲੋ ਜੀ ਆ ਜਾਓ ਖਾ ਲਓ ਤੁਸੀਂ। ਬਾਏ ਬਾਏ।